ਇਹ ਵੀਰੇ ਤੋਕੜ ਗੱਭਣ ਤੋਕੜ ਗੱਭਣ ਹਾਂਜੀ ਵੀਰੇ ਦੋ ਮਹੀਨਿਆਂ ਦੀ ਚੈੱਕ ਪਾਸ ਆ ਦੁੱਧ 7 ਕਿਲੋ ਅੱਛਾ ਦੁੱਧ ਦੀ ਇਹਦਾ ਜਾਇਜ਼ ਜਾ ਬਈ 20,000 ਦੀ ਦੇ ਦਾਂਗੇ ਕਿੰਨਾ ਬਈ 20,000 ਦੀ 20,000 ਰੁਪਇਆ ਮਾਨਤਾਨ ਵਿੱਚੋਂ ਕਰ ਦਾਂਗੇ ਵੀਰੇ ਸਵਾਗਤ ਆ ਦੋਸਤੋ ਆਜ਼ਾਦ ਡੇਅਰੀ ਫਾਰਮ ਦੇ ਵਿੱਚ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਜਾਂ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਤਾਂ ਮੇਰੇ ਨੰਬਰਾਂ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਮੋਬਾਈਲ ਨੰਬਰ 9780205513 ਅੱਜ ਦੀ ਵੀਡੀਓ ਦੋਸਤੋ ਪਿੰਡ ਰਸੂਲਪੁਰ ਤਹਿਸੀਲ ਜਗਰਾਉਂ ਪੈਂਦੀ ਹੈ ਜ਼ਿਲ੍ਹਾ ਲੁਧਿਆਣਾ ਰਹਿੰਦਾ ਅੱਜ ਦੀ ਵੀਡੀਓ ਵਿੱਚ ਬਾਈ ਪਲੱਸ 3 ਨਗ ਵਿਕਾਊ ਆ ਗਰਮੀ ਦੇ ਤੋਹਫੇ ਆ ਕਿਉਂਕਿ ਗਰਮੀ 'ਚ ਵੀਰਾਂ ਦੀ ਡਿਮਾਂਡ ਰਹਿੰਦੀ ਆ ਵੀ ਤੋਕੜ ਗੱਭਣ ਦੀ ਤੋਕੜ ਗੱਭਣ ਵੀ ਆ ਅਤੇ ਤੋਕੜਾਂ ਵੀ ਆ ਸਸਤੇ ਮੁੱਲ ਰਹਿਣ ਵਾਲੇ ਬਾਈ ਦੇ ਘਰੇਲੂ ਜਾਨਵਰ ਆ ਕੋਈ ਵਪਾਰ ਦਾ ਕੰਮ ਨਹੀਂ ਘਰੇ ਜਾਨਵਰ ਦੁੱਧ 'ਤੇ ਲਾਏ ਹੋਏ ਵਿੱਚੋਂ ਨਗ ਕੱਢ ਦਿੰਦੇ ਆ ਇਨਫੋਰਮੇਸ਼ਨ ਆਪਾਂ ਬਾਈ ਤੋਂ ਲੈ ਲੈਂਦੇ ਹਾਂ ਆ ਜੀ ਬਾਈ ਬਾਈ ਸਤਿ ਸ਼੍ਰੀ ਅਕਾਲ ਬਾਈ ਸਭ ਤੋਂ ਪਹਿਲਾਂ ਤਾਂ ਜੀ ਨਾਮ ਅਤੇ ਐਡਰੈਸ ਦੱਸ ਦਿਓ ਜੀ ਨਾਮ ਪ੍ਰਦੀਪ ਸਿੰਘ ਪਿੰਡ ਰਸੂਲਪੁਰ ਜ਼ਿਲ੍ਹਾ ਲੁਧਿਆਣਾ ਤਹਿਸੀਲ ਜਗਰਾਉਂ ਮੋਬਾਈਲ ਨੰਬਰ ਬੋਲ ਦਿਓ 8476770927 ਇੱਕ ਵਾਰੀ ਹੋਰ ਬੋਲ ਦਿਓ 8476770927 ਠੀਕ ਆ ਬਾਈ ਆਪਣੀ ਵੀਡੀਓ 'ਚ ਆਪਣੇ ਕੋਲ ਅਜੇ 3 ਨਾਗ ਆ ਹਨਾ ਹਾਂਜੀ ਤੇ ਸ਼ੁਰੂਆਤ ਆਪਾਂ 1 ਨੰਬਰ ਤੋਂ ਹੀ ਕਰ ਲੈਂਦੇ ਆ ਇਹ ਵੀਰੇ ਤੋਕੜ ਗੱਭਣ ਤੋਕੜ ਗੱਭਣ ਹਾਂਜੀ ਵੀਰੇ 2 ਮਹੀਨਿਆਂ ਦੀ ਚੈੱਕ ਪਾਸ ਆ ਦੁੱਧ 7 ਕਿਲੋ ਅੱਛਾ ਦੁੱਧ 7 ਕਿਲੋ ਤੇ ਕਹਿੰਦਾ ਸੂਆ ਸੂਈ ਵੀ ਆ ਇਹ ਪਲੂਣ ਸੂਈ ਵੀ ਆ ਵੀਰੇ ਦੂਜੇ ਸੂਏ ਲਈ ਗੱਭਣ ਅੱਛਾ ਦੂਜੇ ਸੂਏ ਲਈ ਗੱਭਣ ਹਾਂਜੀ ਵੀਰੇ 7 ਕਿਲੋ ਭਾਵੇਂ ਕੋਈ 2 ਟਾਈਮ ਚਵਾਈ ਕਰ ਲੇ ਭਾਵੇਂ 4 ਟਾਈਮ ਕਰ ਲੇ ਵੀਰੇ ਕੋਈ ਠੀਕ ਆ ਤੁਹਾਡੇ ਵੱਲੋਂ ਚੈੱਕ ਪਾਸ ਆਪਾਂ ਨੂੰ ਡਾਕਟਰ ਲੈ ਕੇ ਚੈੱਕ ਕਰਾ ਡਾਕਟਰ ਲਿਆ ਕੇ ਵੀਰੇ ਆਪਦਾ ਚੈੱਕ ਕਰਾ ਕੇ ਲੈ ਕੇ ਜਾਵੇ ਆਪਾਂ ਨੂੰ ਕੋਈ ਨਹੀਂ ਇਹੋ ਜੀ ਗੱਲ ਠੀਕ ਆਪਣੇ ਵੱਲੋਂ ਚੈੱਕ ਪਾਸ ਠੀਕ ਆ ਤੇ ਚਵਾਈ ਦੀ ਕਿਵੇਂ ਬਾਈ ਵੀਰੇ 1 ਨੰਬਰ ਆ ਸੀ ਸੋ ਪੂਰੀ ਠੰਡੀ ਸੀ ਵੀਰੇ ਬੁੜੀਆਂ ਹੀ ਚੋਂਦੀਆਂ ਆਪਣੇ ਚਵਾਈ ਵੀ ਕਰੇ ਬੁੜੀਆਂ ਕਰ ਠੀਕ ਆ ਸਹੀ ਤੋਰ ਕੇ ਦਿਖਾ ਦੀ ਮੜਾ ਦੋਸਤੋ ਕ੍ਰੋਸ ਅੰਗ 'ਚ ਪੈਂਦੀ ਹੈ ਗਰਮੀ ਦਾ ਤੋਹਫਾ ਹੀ ਆ ਵੀਡੀਓ ਬਣਾਉਣ ਦਾ ਜਿਹੜਾ ਸਮਾਂ ਉਹ ਥੋੜਾ ਸ਼ਾਮ ਦਾ ਉਸ ਹਿਸਾਬ ਨਾਲ ਜੱਜਮੈਂਟ ਕਰੋ ਕਿਉਂਕਿ ਨਾ ਮਛਰੀ ਜੀ ਹੋ ਚੁੱਕੀ ਆ ਬਾਕੀ ਵਜਨ ਦੀ ਗੱਲ ਕਰਕੇ ਕੱਦ ਕਾਠ ਦੀ ਗੱਲ ਕਰਕੇ ਕੱਦ ਕਾਠ ਵੱਡਾ ਹੀ ਆ ਥਾਣਾ ਦੇ ਸਾਈਜ਼ ਵੀ ਸੋਹਣੇ ਆ ਚਾਰ ਹੀ ਥਾਣਾ ਕੋਈ ਫੋਟ ਨਹੀਂ ਕੋਈ ਛਾਂਗ ਨਹੀਂ ਥਾਣਾ ਹਵਾ ਨਾਲ ਪਿੱਛੇ ਦੀ ਦਿਖਾ ਦਿੰਦੇ 7 ਕਿਲੋ ਤੋਂ ਵੱਧ ਤੁਹਾਨੂੰ ਨੈਟ ਤਿਆਰ ਮਿਲੂਗਾ ਭਾਵੇਂ 2 ਟਾਈਮ ਚਵਾਈ ਕਰ ਲਓ ਭਾਵੇਂ 3 ਟਾਈਮ ਚਵਾਈ ਕਰ ਲਓ ਤੋਕੜ ਗੱਭਣਾ ਗਰਮੀ ਦਾ ਤੋਹਫਾ ਬਾਈ ਵੱਲੋਂ ਚੈੱਕ ਪਾਸ ਆ ਤੁਸੀਂ ਚੈੱਕ ਪਾਸ ਕਰਾ ਲਿਓ ਡਾਕਟਰ ਭਾਵੇਂ ਨਾਲ ਲਿਓ ਭਾਵੇਂ ਇੱਥੋਂ ਲੈ ਲਓ ਥਾਣਾ ਦੇ ਸਾਈਜ਼ ਤੁਹਾਨੂੰ ਇੱਧਰੋਂ ਵੀ ਦਿਖਾ ਦਿੰਦੇ ਚੈੱਕ ਕਰ ਲਓ ਹੱਥੀ ਚਵਾਈ ਵਾਲੇ ਥਾਣਾ 4 ਹੀ ਥਾਣਾ 1 ਨੰਬਰ ਮੁੱਲ ਦੱਸ ਦੀ ਬਈ ਇਹਦਾ ਕੀ ਰਹਿਣਾ ਵਾ 27,000 ਦੀ ਦੇ ਦਾਂਗੇ ਵੀਰੇ ਮਾਨਤਾਨ ਕਰ ਦਾਂਗੇ ਕਰ ਦਾਂਗੇ ਵੀਰੇ ਠੀਕ ਆ ਦੋਸਤੋ ਮੁੱਲ ਡਿਮਾਂਡ ਬਾਈ ਨੇ 27,000 ਕਰਤਾ ਮਾਨਤਾਨ ਤੁਹਾਡਾ ਹੋ ਜਾਊਗਾ 7 ਕਿਲੋ ਤੋਂ ਤਾਂ ਨੈਟ ਤਿਆਰ ਮਿਲੂਗਾ ਸੌਦਾ ਹੁਣ ਤੁਸੀਂ ਰਲਾਉਣਾ ਕਿੱਥੇ ਕਿ ਰਲਾਉਣਾ ਨੰਬਰ ਬਾਈ ਤਾਂ ਸਕਰੀਨ ਤੇ ਚੱਲਦਾ ਰਹਿਣਾ ਥੱਲੇ ਪਾਸੇ 2 ਨੰਬਰ ਬਾਈ ਇਹ ਜਰਸੀ ਆ ਨਾ ਹਾਂਜੀ ਵੀਰੇ ਇਹਦੀ ਕੀ ਡਿਟੇਲ ਆ ਬਾਈ ਇਹਦੇ ਥੱਲੇ ਵੀਰੇ 8 ਕਿਲੋ ਦਾ ਦੱਬਾ 7 ਕਿਲੋ ਕਹਿ ਕੇ ਦਵਾਂਗੇ ਕਿੰਨਾ ਸੂਆ ਸੂਈ ਵੀ ਆ ਇਹ ਪਹਿਲਾ ਸੂਆ ਹੀ ਇਹ ਸੂਈ ਵੀ ਆ ਵੀਰੇ ਕਿੰਨਾ ਸਮਾਂ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ ਤਾਂ ਵੀਰੇ ਮੰਨ ਕੇ ਚੱਲੋ ਵੀ 4-5 ਮਹੀਨੇ ਹੋ ਗਏ ਜਾਨੀ ਕਿ ਤੋਕੜ ਆ ਹਾਂਜੀ ਵੀਰੇ ਤੋਕੜ ਆ ਤੇ ਟੀਕਾ ਜ਼ਰੂਰ ਆਪਾਂ ਭਰਾਇਆ ਵਾ 2 ਵਾਰੀ ਭਰਾਇਆ ਵਾ ਠੀਕ ਹੈ ਮਤਲਬ 2 ਟੀਕੇ ਭਰਾਤੇ ਤੇ 5 ਦਿਨ ਹੋ ਗਏ ਟੀਕਾ ਭਰਾਇਆ ਛੇ ਟੀਕਾ ਭਰਾਇਆ ਨੂੰ 5 ਦਿਨ ਹੋ ਗਏ ਹਾਂਜੀ ਵੀਰੇ ਖਾਲੀ ਮੰਨ ਕੇ ਦੇਣੀ ਆ ਆਪਾਂ ਠੀਕ ਆ ਤੇ ਦੁੱਧ ਹੁਣ ਜਿੰਨਾ ਨੈਟ ਦੱਸਿਆ ਵੀ ਇੰਨਾ 7 ਕਿਲੋ ਦੁੱਧ ਵੀਰੇ ਜਦੋਂ ਭਾਵੇਂ ਕੋਈ 2 ਟਾਈਮ ਚਵਾਈ ਕਰ ਲੈ ਭਾਵੇਂ 4 ਟਾਈਮ ਕਰ ਲੈ ਵੀਰੇ ਕੋਈ ਥਣਾ ਥੁਣਾ ਦੀ ਓਕੇ ਆ ਹਾਂਜੀ ਵੀਰੇ ਜਮਾ ਚਵਾਈ ਦੀ ਠੰਡੀ ਸੀ ਹਾਂਜੀ ਵੀਰੇ ਪੋਲੀਦਾਰ ਹਾਂਜੀ ਹਾਂਜੀ ਠੀਕ ਆ ਤੋਰ ਦੀ ਕੱਢ ਦੀ ਦੋਸਤੋ ਗਰਮੀ ਦਾ ਤੋਹਫਾ ਹੀ ਆ ਤੋਕੜਾ ਤੇ ਟੀਕਾ ਵੀ ਭਰਿਆ ਵਾ ਟੀਕਾ ਭਰੇ ਨੂੰ 5 ਦਿਨ ਹੋ ਗਏ ਪੰਜਾਬ ਵਾਲੀ ਜਰਸੀ ਕੱਦ ਕਾਠ ਵੱਡਾ ਹੀ ਆ ਥਣਾ ਦੇ ਸਹਿਜ ਵੀ ਸੋਹਣੇ 4 ਹੀ ਥਾਣਾ ਥਣ ਤੁਹਾਨੂੰ ਦਿਖਾ ਦਿੰਦੇ ਨੇੜੇ ਤੋਂ ਵੀ ਬਾਕੀ ਕੱਦ ਕਾਠ ਦਾ ਅੰਦਾਜ਼ਾ ਲਾ ਲਿਓ 7 ਕਿਲੋ ਦੁੱਧ ਬਾਈ ਨਾਲ ਭਾਵੇਂ 2 ਟਾਈਮ ਚਵਾਈ ਕਰ ਲਓ ਭਾਵੇਂ 3 ਟਾਈਮ ਚਵਾਈ ਕਰ ਲਓ ਉਹ ਤੁਹਾਨੂੰ ਨੈਟ ਤਿਆਰ ਮਿਲੂਗਾ ਮੁੱਲ ਦੀ ਗੱਲਬਾਤ ਵੀ ਬਾਈ ਨਾਲ ਕਰ ਲੈਣਾ ਠੰਡੀ ਸੀਲ ਫੁੱਲ ਆ ਦਿਖਾ ਦਈਏ ਮੜਾ ਥਣਾ ਦੇ ਸਹਿਜ ਇੱਧਰੋਂ ਵੀ ਦਿਖਾ ਦਈਏ ਫੇਸ ਕੁਆਲਿਟੀ ਵੀ ਚੈੱਕ ਕਰ ਲਓ ਥਣਾ ਦੇ ਸਹਿਜ ਚੈੱਕ ਕਰ ਲਓ ਲਓ ਜੀ
ਠੰਡੀ ਸੀਲ ਫੁੱਲ ਆ ਤੇ ਕੋਈ ਐ ਸਿੰਘਾਂ ਸੁੰਗਾ ਦਾ ਨਹੀਂ ਵੀਰੇ, ਵੀ ਕਹਿ ਕਹਿੰਦਾ ਸਿੰਘਾਂ ਦਾ ਕੋਈ ਚੱਕਰ ਨਹੀਂਗਾ ਵੀਰੇ, ਸਿੰਘਾਂ ਦਾ ਕੋਈ ਚੱਕਰ ਨਹੀਂ ਨਾ ਵੀਰੇ, ਕੋਈ ਚੱਕਰ ਨਹੀਂ। ਸਹੀ ਹੈ ਦੋਸਤੋ, ਸਿੰਘ ਜ਼ਰੂਰ ਆ ਪਰ ਸਿੰਘਾਂ ਵੱਲੋਂ ਕੋਈ ਚੱਕਰ ਨਹੀਂਗਾ, ਫੇਸ ਕੁਆਲਿਟੀ ਚੰਗੀ ਆ, ਮੁੱਲ ਦੱਸ ਦੀ ਇਹਦਾ ਜਾਇਜ਼ ਆ ਬਈ, 20000 ਦੀ ਦੇ ਦਾਂਗੇ। ਕਿੰਨਾ ਬਈ? 20000 ਦੀ, 20000 ਰੁਪਿਆ ਮਾਨਤਾਨ ਵਿੱਚੋਂ ਕਰ ਦਾਂਗੇ ਵੀਰੇ। ਠੀਕ ਆ ਦੋਸਤੋ, ਮਾਨਤਾਨ ਤੁਹਾਡਾ ਹੋ ਜਾਊਗਾ, ਮੁੱਲ ਬਾਈ ਨੇ 20000 ਕਰਤਾ। ਅੱਗੇ ਚੱਲਦੇ ਹਾਂ ਬਈ, 3 ਨੰਬਰ ਤੇ ਬਈ, ਇਹਦੀ ਕੀ ਡਿਟੇਲ? ਇਹ ਥੱਲੇ ਵੀਰੇ 10 ਕਿਲੋ ਦੁੱਧ ਆ, 15 ਦਿਨ ਹੋ ਗਏ ਟੀਕਾ ਭਰਾ ਇਹਨੂੰ। ਠੀਕ ਆ, ਹਾਂਜੀ ਵੀਰੇ, ਦੂਜਾ ਸੂਆ ਸੂਈ ਵੀ ਆ, ਆਪਾਂ ਖਾਲੀ ਕਿਆ ਘੀ ਦੇਣੀ ਵੀਰੇ, 10 ਕਿਲੋ ਦੁੱਧ, 10 ਕਿਲੋ ਦੁੱਧ, 10 ਠੰਡੀ ਸੀਲ ਇਹ ਵੀ ਪੂਰੀ ਆ, ਕੋਈ ਚੱਕਰ ਨਹੀਂ ਹੈ, ਭਾਵੇਂ ਦੋਨੇ ਪਾਸੇ ਬਹਿ ਕੇ ਚੋਲੋ ਭਾਈ, ਕੋਈ ਚੱਕਰ ਨਹੀਂ ਵੀਰੇ। ਠੀਕ ਆ, ਇਹ ਵੀ ਠੰਡੀ ਸੀਲ, ਹਾਂਜੀ ਵੀਰੇ। ਠੀਕ ਆ, ਭਾਵੇਂ ਕੋਈ ਦੋ ਟਾਈਮ ਚੋਈ ਕਰ ਲੈ, ਭਾਵੇਂ ਚਾਰ ਟਾਈਮ ਕਰੇ ਵੀਰੇ, ਕੋਈ ਚੱਕਰ। ਠੀਕ ਆ ਦੋਸਤੋ, ਤੀਜਾ ਸੂਆ ਸੁੰਦੀ ਆ, ਦੂਜਾ ਸੂਈ ਵੀ ਆ, 15 ਦਿਨ ਹੋ ਗਏ ਇਹਦੇ ਵੀ ਟੀਕਾ ਭਰੇ ਨੂੰ, ਤੇ ਬਾਈ ਨੇ ਖਾਲੀ ਮੰਨ ਕੇ ਦੇਣੀ ਆ, ਵੀ ਖਾਲੀ ਮੰਨ ਕੇ ਤੁਸੀਂ ਸੌਦਾ ਕਰਨਾ, ਅੱਗੇ ਤੁਹਾਡੀ ਕਿਸਮਤ ਆ ਕੀ ਨਿਕਲਦੀ ਆ। ਇਹਦਾ ਬਾਈ ਸੂਈ ਦਾ ਸਮਾਂ ਦੱਸ ਦੇ, ਸਮਾਂ ਕਿੰਨਾ ਹੋਇਆ ਸੂਈ ਨੂੰ? ਇਹਨੂੰ ਵੀਰੇ 2 ਕੁ ਮਹੀਨੇ ਹੀ ਹੋਏ, ਛੇ 2 ਕੁ ਮਹੀਨੇ ਹੋਏ ਆ। ਠੀਕ, ਕੱਢ ਲਈ ਬਾਹਰ ਦੋਸਤੋ, ਗਰਮੀਆਂ ਦਾ ਤੋਹਫਾ, ਇਹਨੂੰ ਸੂਈ ਨੂੰ 2 ਕੁ ਮਹੀਨੇ ਹੋਏ ਆ, ਟੀਕਾ ਭਰੇ ਨੂੰ ਟਾਈਮ ਹੋ ਗਿਆ 15 ਦਿਨ, ਤੇ ਲੰਡੀ ਆ ਹਨਾ? ਹਾਂਜੀ ਵੀਰੇ। ਠੀਕ ਆ ਦੋਸਤੋ, ਥਣਾ ਦੇ ਸਹਿ ਤੁਹਾਨੂੰ ਦਿਖਾ ਰਹੇ, ਹਵਾਨਾ ਸੂਆ ਥੋੜਾ ਜਿਹਾ ਪੱਕਾ ਮੰਨਦੀ ਆ। ਠੀਕ ਆ, ਕੋਈ ਗੱਲ ਨੀ, 10 ਕਿਲੋ ਦੁੱਧ ਨੈਟ ਤਿਆਰ ਆ, ਭਾਵੇਂ 2 ਟਾਈਮ ਚਵਾਈ ਕਰ ਲਓ, ਭਾਵੇਂ 3 ਟਾਈਮ ਚਵਾਈ ਕਰ ਲਓ, ਥਣ ਤੁਹਾਨੂੰ ਦਿਖਾ ਰਹੇ, ਪਿੱਛੇ ਦੀ ਹਵਾਨਾ ਦਿਖਾ ਰਹੇ ਤੋਰ ਦੀ ਬਾਈ। ਬਾਕੀ ਜਿਹੜਾ ਸਮਾਂ ਜਿਹੜਾ ਦੱਸਿਆ ਬਾਈ ਨੇ ਸੂਈ ਨੂੰ 2 ਮਹੀਨੇ, ਉਹ ਤੁਹਾਨੂੰ ਅੰਦਾਜ਼ਾ ਹੋ ਹੀ ਜਾਣਾ ਗਾ, ਕਿਉਂਕਿ ਇਹਦੀ ਤੁਸੀਂ ਮਿਲਕ ਵੇਨ ਚੈੱਕ ਕਰ ਲਓ, ਮਿਲਕ ਵੇਨ ਸੱਜਰਾਂ ਵਾਂਗੂ ਮੋਟੀ ਤੁਹਾਨੂੰ ਦੱਸਦੀ ਹੋਣੀ ਆ, ਠੰਡੀ ਸੀਲ ਪੂਰੀ ਆ, ਕੋਈ ਐਸੀ ਗੱਲ ਨਹੀਂ, ਥਣਾਂ ਦੇ ਸਾਈਜ਼ ਵੀ ਸੋਹਣੇ, ਮੋਟਾ ਥਾਂ ਨਾ ਹੱਥੀ ਚਵਾਈ ਵਾਲਾ, ਮਿਲਕ ਵੇਨ ਇੱਧਰ ਦੀ ਵੀ ਚੈੱਕ ਕਰ ਲਓ ਤੇ ਉੱਧਰ ਦੀ ਵੀ ਆਪਾਂ ਦਿਖਾ ਦਿੰਦੇ ਹਾਂ, ਤੋਰ ਦੀ ਬਈ ਮੜਾ ਆ, ਹਵਾਨਾ ਚੈੱਕ ਕਰ ਲਓ ਦੋਸਤੋ, ਪਿੱਛੇ ਦੀ ਵੀ ਤੇ ਇੱਧਰ ਦੀ ਵੀ ਚੈੱਕ ਕਰ ਲਓ, ਹਵਾਨਾ ਬਾਕੀ ਸੋਹਣਾ ਹੈਗਾ। 10 ਕਿਲੋ ਦੁੱਧ ਤਾਂ ਮਾਮੂਲੀ ਜੀ ਗੱਲ ਆ ਵੀ, ਇਹਨੂੰ ਪਾ ਦੇਣਾ ਚਾਹੀਦਾ, ਮਿਲਕ ਵੇਨ ਤੁਸੀਂ ਦੇਖ ਹੀ ਲਈ ਆ, ਖਾਲੀ ਮੰਨ ਕੇ ਦੇਣੀ, ਅੱਗੇ ਤੁਹਾਡੀ ਕਿਸਮਤ ਕੀ ਨਿਕਲਦੀ। ਬਈ ਇਹਦੀ ਮੁੱਲ ਦੀ ਗੱਲ ਕਰੀਏ ਤੇ 26000 ਦੀ ਦੇ ਦਾਂਗੇ, 26000 ਰੁਪਏ ਮਾਨਤਾਨ ਇਹਦੇ ਚ ਕਰ ਦਾਂਗੇ, ਕਰ ਦਾਂਗੇ ਵੀਰੇ। ਠੀਕ ਆ ਦੋਸਤੋ, ਮੁੱਲ ਬਾਈ ਨੇ 26000 ਕਰਤਾ, ਮਾਨਤਾਨ ਤੁਹਾਡਾ ਹੋ ਜਾਊਗਾ, ਘਰੇਲੂ ਜਾਨਵਰ ਆ, ਕੋਈ ਵਪਾਰ ਦਾ ਕੰਮ ਨਹੀਂਗਾ, ਅੱਗੇ ਸੌਦਾ ਹੁਣ ਤੁਸੀਂ ਲਾਉਣਾ। ਅੱਛਾ, ਅੱਗੇ ਹੋਰ ਵੀ ਆਪਣੇ ਆ? 2 ਵੀਰੇ ਫੀਮੇਲ ਆ। ਅੱਛਾ, 2 ਫੀਮੇਲ ਆ, ਹਾਂਜੀ ਵੀਰੇ। ਠੀਕ ਆ, ਇਹ ਗੋਲਡਨ ਰਿਟਰੀਵਰ ਆ, ਹਾਂਜੀ ਵੀਰੇ। ਠੀਕ ਆ, ਕੀ ਏਜ ਆ ਬਈ, ਕੀ ਡਿਟੇਲ ਇਹਨਾਂ ਦੀ? ਇਹ ਵੀਰੇ ਇਹਦਾ ਇੱਕ ਸੂਆ ਦਿੱਤਾ ਵਾ, ਉਹ ਬੱਚੀ ਹੋਈ ਆ। ਅੱਛਾ, ਇਹਦਾ ਇੱਕ ਸੂਆ ਦਿੱਤਾ ਹੋਇਆ, ਹਾਂਜੀ ਵੀਰੇ। ਏਜ ਕਿੰਨੀ ਉਮਰ ਇਹਨਾਂ ਦੀ? ਏਜ ਮੰਨ ਕੇ ਚੱਲੋ ਵੀ ਸੂਆ ਦਿੱਤਾ ਵਾ, ਆਪਾਂ ਤਾਂ ਲਈਏ ਸੀ ਵੀਰੇ, ਕੋਈ ਆਹੀ ਪੂਰੇ ਦੇ ਸੀਗੇ, ਘਰ ਰਿਸ਼ਤੇਦਾਰੀ ਚ ਲਿਆਂਦੇ। ਅੱਛਾ, ਠੀਕ, ਉਹ ਬੱਚੀ ਪਾਲੀ ਸੀ ਆਪਾਂ। ਕਿਵੇਂ? ਉਹ ਬੱਚੀ ਪਾਲੀ ਸੀਗੀ ਆਪਾਂ, ਉਹ ਬੱਚੀ ਪਾਲੀ, ਇਸੇ ਦੀ ਬੱਚੀ ਆ? ਹਾਂਜੀ ਵੀਰੇ। ਠੀਕ ਆ ਦੋਸਤੋ, ਇਸੇ ਦੀ ਬੱਚੀ ਆ, ਇੱਕ ਸੂਆ ਇਹਨੇ ਦਿੱਤਾ ਹੋਇਆ ਹੈਗਾ, ਤੇ ਬੱਚੀ ਨੇ ਵੀ ਨਾਲ ਦੋਨੇ ਸੇਲ ਕਰਨੇ ਪਏ। ਹਾਂਜੀ ਹਾਂਜੀ ਵੀਰੇ। ਠੀਕ, ਉਹ ਬਈ ਪਤਾ ਆਪਾਂ ਨੂੰ ਕਿਹੜੇ ਇਹ ਹੈਗੇ ਕੋਈ ਰਿਕਾਰਡ? ਨਹੀਂ ਰਿਕਾਰਡ ਵੀਰੇ ਆਪਾਂ ਨੂੰ ਕੋਈ ਨਹੀਂ ਪਤਾ। ਠੀਕ ਆ, ਤੇ ਇਹਦਾ ਮੁੱਲ ਵੀ ਫਿਰ ਆਪਾਂ ਵੀਡੀਓ ਚ ਹੀ ਕਰ ਦੇਣਾ? ਹਾਂਜੀ ਵੀਰੇ, ਇਹਦਾ ਮੁੱਲ ਦੱਸ ਦਿਓ, 10000 ਦੀਆਂ ਦੇ ਦਾਂਗੇ ਵੀਰੇ। ਜੋੜਾ ਜੋੜਾ ਵੀਰੇ, ਇਹ ਚ ਮਾਨਤਾਨ ਕਰ ਦੋਗੇ? ਕਰ ਦਾਂਗੇ ਵੀਰੇ। ਠੀਕ ਆ ਦੋਸਤੋ, ਅੱਜ ਦੀ ਵੀਡੀਓ ਵਿੱਚ 5 ਨਾਗ ਹੋ ਗਏ, ਤੇ 3 ਬਾਈ ਕੋਲੇ ਵੇੜਾਂਗਾ, ਮੁੱਲ ਸਾਰਿਆਂ ਦਾ ਵੀਡੀਓ ਦੇ ਵਿੱਚ ਆ, ਤੇ 2 ਜੇ ਕੋਈ ਜੋੜਾ ਲਊਗਾ ਇਹਨਾਂ ਚੋਂ ਵੀ ਆਪਾਂ ਮਾਨਤਾਨ ਕਰ। ਠੀਕ ਆ, ਸਹੀ ਆ ਦੋਸਤੋ, ਜੇ ਕੋਈ ਬਾਈ ਇਹਦਾ ਜੋੜਾ ਲਊਗਾ, ਮਾਨਤਾਨ ਤੁਹਾਡਾ ਚੰਗਾ ਹੋ ਜਾਊਗਾ, ਬਾਕੀ ਮਾਨਤਾਨ ਬਾਈ ਨੇ ਚੰਗਾ ਕਰ ਹੀ ਦੇਣਾਗਾ, ਹੁਣ ਸੌਦਾ ਤੁਸੀਂ ਲਾਉਣਾ। 5 ਨਾਗ ਹੋ ਗਏ ਇੱਕੋ ਵੀਡੀਓ ਦੇ ਵਿੱਚ, ਜਿਹੜਾ ਨਾਗ ਤੁਹਾਨੂੰ ਜਚੇ ਬਾਈ ਨਾਲ ਸੰਪਰਕ ਕਰ ਲਓ, ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ, ਲਾਈਕ ਕਰਦਿਆ ਕਰੋ, ਸ਼ੇਅਰ ਕਰਦਿਆ ਕਰੋ, ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਦੋਸਤੋ।